ਨਮਸਕਾਰ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਿੰਕੀ ਐਜੂਕੇਸ਼ਨ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਈਟੀਟੀ 635 ਭਰਤੀ ਬਾਰੇ ਕਿ ਈਟੀਟੀ 635 ਦੀ ਭਰਤੀ ਕਦ ਤੱਕ ਕੰਪਲੀਟ ਹੋ ਸਕਦੀ ਹੈ ਕਦ ਤੱਕ ਆਪਾਂ ਸਕੂਲਾਂ ਵਿੱਚ ਜੁਆਇਨ ਕਰ ਸਕਦੇ ਹਾਂ ਤਾਂ ਮੇਰੇ ਹਿਸਾਬ ਨਾਲ ਇਹ ਪ੍ਰੋਸੈਸ 7 ਤੋਂ 10 ਦਿਨਾਂ ਦਾ ਹੈ ਤੇ ਜਿਸ ਵਿੱਚ ਅਸੀਂ ਪਹਿਲਾ ਕੰਮ ਹੈ ਸੀਐਮ ਲਗਾਉਣਾ ਦੂਜਾ ਕੰਮ ਹੈ ਜੋ अर्ਲੀ ਹੀアリング ਲੈਣਾ ਤੀਜਾ ਕੰਮ ਹੈ ਸਟੇਟ ਅੜਵਾਉਣਾ ਚੌਥਾ ਕੰਮ ਹੈ ਜੁਆਇਨਿੰਗ ਲੈਟਰ ਲੈਣਾ ਅਪ ਤੇ ਪੰਜਵਾਂ ਕੰਮ ਹੈ ਸਕੂਲਾਂ ਵਿੱਚ ਜੁਆਇਨ ਕਰਨਾ ਤਾਂ ਇਹ ਸਾਰੇ ਕੰਮ 10 ਤੋਂ 10 ਦਿਨਾਂ ਦੇ ਅੰਦਰ ਅੰਦਰ ਹੋ ਸਕਦੇ ਹਨ ਜੇ ਅਸੀਂ ਤੇਜ਼ੀ ਦਿਖਾ ਕੇ ਆਪਣੀ ਸੀਐਮ ਲਗਾਉਣੀ ਹੈ ਤੇ अर्ਲੀ ਹੀアリング ਮਿਲ ਜਾਂਦੀ ਹੈ ਸੀਐਮ ਲਗਾਉਣ ਨਾਲ ਕਿਉਂਕਿ ਜੋ ਸੁਪਰੀਮ ਕੋਰਟ ਦਾ ਜੋ ਆਰਡਰ ਨੇ ਉਹਨਾਂ ਦੇ ਵਿਆਹ ਤੇ ਸਾਨੂੰ अर्ਲੀ ਹੀアリング ਮਿਲ ਜੂਗੀ ਕਿਉਂਕਿ अर्ਲੀ ਹੀアリング ਲੈਣ ਵਾਸਤੇ ਸਾਨੂੰ ਕੋਈ ਪ੍ਰੂਫ ਚਾਹੀਦਾ ਹੈ ਤਾਂ ਹੀ अर्ਲੀ ਹੀアリング ਮਿਲਦੀ ਹੈ ਅਤੇ ਪ੍ਰੂਫ ਸਾਡੇ ਕੋਲ ਹੈ ਅਤੇ ਅਰਲੀ ਹੀਅਰਿੰਗ ਲੈ ਕੇ ਸੀਐਮ ਤੇਜੀ ਨਾਲ ਜਿਵੇਂ ਸੀਐਮ ਦਾ ਪ੍ਰੋਸੈਸ ਸਟਾਰਟ ਕਰ ਦਿੰਨੇ ਆ ਅੱਜ ਜਾਂ ਕੱਲ ਵੀ ਚਾਸੀਂ ਅੱਜ ਸਾਡੇ ਕੋਲ ਆਰਡਰ ਆ ਜਾਂਦੇ ਨੇ ਤੇ ਕੱਲ ਅਸੀਂ ਸੀਐਮ ਲਗਾ ਦਿੰਨੇ ਆ ਤਾਂ ਪਰਸੋਂ ਨੂੰ ਸਾਨੂੰ ਸੁਨਮਾਈ ਦੀ ਡੇਟ ਮਿਲ ਸਕਦੀ ਹੈ ਉਸ ਤੋਂ ਬਾਅਦ ਸਕੂਲਾਂ ਵਿੱਚ ਅਸੀਂ 10 ਦਿਨਾਂ ਦੇ ਅੰਦਰ ਜੁਆਇਨ ਕਰ ਸਕਦੇ ਆ ਜੇ ਅਸੀਂ ਸੀਐਮ ਬਹੁਤ ਜਲਦੀ ਲਗਾਨੇ ਆ ਹੁਣ ਸਾਰਾ ਕੰਮ ਹੈ ਸੀਐਮ ਲਗਾਉਣ ਵਾਸਤੇ ਤੇ ਦੂਜੀ ਗੱਲ ਇਹ ਹੈ ਕਿ ਏਜੀ ਤੋਂ ਹੀ ਸੀਮ ਲਗਾਣੀ ਕੋਈ ਜ਼ਰੂਰੀ ਨਹੀਂ ਹੈ ਜੁਨੀਅਨ ਦੇ ਆਪਣੇ ਬਹੁਤ ਵਧੀਆ ਵਕੀਲ ਹਨ ਉਹ ਸੀਮ ਲਗਾ ਸਕਦੇ ਹਨ ਕਿਉਂਕਿ ਸੁਪਰੀ ਹਾਈ ਕੋਰਟ ਕੋਈ ਸਰਕਾਰ ਦੀ ਬੋਡੀ ਨਹੀਂ ਹੈ ਇੱਕ ਇੰਡੀਪੈਂਡੈਂਟ ਬੋਡੀ ਹੈ ਆਟੋਨਮਸ ਬੋਡੀ ਹੈ ਤਾਂ ਕਰਕੇ ਸਰਕਾਰ ਨਾਲ ਇਹਦਾ ਕੋਈ ਸਬੰਧ ਨਹੀਂ ਹੈ ਤਾਂ ਹਾਈ ਕੋਰਟ ਵਿੱਚ ਅਸੀਂ ਆਪਣੇ ਜੋ ਜੂਨੀਅਨ ਦੇ ਵਕੀਲ ਹਨ ਇਹ ਸੀਐਮ ਲਗਾ ਸਕਦੇ ਹਨ ਜਿੰਨੀ ਜਲਦੀ ਸੀਐਮ ਲਗਾਵਾਂਗੇ ਤੇ ਸੀਐਮ ਲਗਾਉਣ ਵਿੱਚ ਲੇਟ ਕਰਨਾ ਇੱਕ ਬਹੁਤ ਵੱਡੀ ਗਲਤ ਗੱਲ ਸਾਡੇ ਵਾਸਤੇ ਸਭ ਤੋਂ ਹੋ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਸੀਐਮ ਲਗਾਉਣ ਵਿੱਚ ਦੇਰੀ ਕਰਨਾ ਬਹੁਤ ਗਲਤ ਹੈ ਤੇ ਜੂਨੀਅਨ ਨੂੰ ਚਾਹੀਦਾ ਹੈ ਕਿ ਜਲਦੀ ਜਲਦੀ ਸੀਐਮ ਲਗਾਵੇ ਤੇ ਆਪਣੀ ਜੂਨੀਅਨ ਮੇਰੇ ਹਿਸਾਬ ਨਾਲ ਇਹ ਪ੍ਰੋਸੈਸ ਜਲਦੀ ਕਰੇਗੀ ਉਸ ਤੋਂ ਬਾਅਦ ਤੇ ਅਗਰ 635 ਜੁਆਇਨ ਕਰ ਜਾਂਦੇ ਹਨ ਤਾਂ ਇਸ ਦਾ ਫਾਇਦਾ 2364 ਨੂੰ ਵੀ ਹੋਵੇਗਾ ਅਗਰ 635 ਬੱਚੇ ਆਪਣੀ ਪਹਿਲੀ ਸੈਲਰੀ ਵਿੱਚੋਂ 6-6000 ਰੁਪਏ ਵੀ ਦਿੰਦੇ ਹਨ ਕਿਉਂਕਿ 2364 ਕੇਸ ਹਲੇ ਜੋ ਡਬਲ ਵੈਂਦੀ ਜੱਜਮੈਂਟ ਹੈ ਉਹਦੀ ਰਿਵਿਊ ਪਾ ਰਹੇ ਨੇ ਤਾਂ ਉਹਦੀ ਰਿਵਿਊ ਤੇ ਜੋ ਬਹਿਸ ਹੋਵੇਗੀ ਬੋਮ ਮੇਰੇ ਸਾਬ ਨਾਲ ਕਾਫੀ ਉਹਦੀਆਂ ਡੇਟਸ ਵੀ ਮਿਲ ਸਕਦੀਆਂ ਹਨ ਅੱਗੇ ਤੇ ਬਹਿਸ ਹੋਵੇਗੀ ਡਬਲ ਜੱਜਮੈਂਟ ਨੂੰ ਚੈਲੰਜ ਕਰਨਾ ਤੇ ਉਸ ਤੇ ਬਹਿਸ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਠੀਕ ਹੈ ਆਪਣੀ ਹੀ ਜਜਮੈਂਟ ਨੂੰ ਇੱਕ ਹਾਈ ਕੋਰਟ ਦੁਆਰਾ ਵਾਪਸ ਲੈਣਾ ਕੋਈ ਛੋਟੀ ਗੱਲ ਨਹੀਂ ਤਾਂ ਕਹਿ ਸਕਦੇ ਆਂ ਕਿ ਆਪਾਂ ਇਹ ਥੋੜਾ ਲੰਮਾ ਚੱਲ ਸਕਦਾ ਹੈ ਬਟ ਜੇ ਸਾਡੇ ਕੋਲ ਵਧੀਆ ਵਕੀਲ ਹੋਣਗੇ ਵਧੀਆ ਐਡਵੋਕੇਟ ਹੋਣਗੇ ਵਧੀਆ ਸਾਡੇ ਕੋਲ ਟੀਮ ਹੋਵੇਗੀ ਐਡਵੋਕੇਟ ਦੀ ਤਾਂ ਇਹ ਪੋਸੀਬਲ ਹੈ 2364 ਨੂੰ ਬਹਾਲ ਕਰਾਣਾ ਤੇ ਅਸੀਂ ਸੋਚਦੇ ਹਾਂ ਕਿ ਕੁਝ ਛੋਟੀ ਟੀਮ ਨਾਲ ਅਸੀਂ ਇਸ ਨੂੰ ਹੱਲ ਕਰ ਸਕਦੇ ਹਾਂ ਤਾਂ ਇਹ ਬਿਲਕੁਲ ਗਲਤ ਹੋਵੇਗਾ ਕਿਉਂਕਿ ਸਾਰੀਆਂ ਚੀਜ਼ਾਂ ਪਿਛਲੇ ਰਿਕਾਰਡ ਤੇ ਦੇਖੀਆਂ ਜਾਂਦੀਆਂ ਹਨ ਕਿ ਡਬਲ ਬੈਂਡ ਦੇ ਕਿੰਨੇ ਜੱਜਮੈਂਟ ਆਏ ਹਨ ਤੇ ਕਿੰਨੇ ਉਹਨੇ ਵਾਪਸ ਲੱਤੇ ਹਨ ਤਾਂ ਆਪਾਂ ਇੱਕ ਡਾਟਾ ਲੈ ਸਕਦੇ ਹਾਂ ਸੁਪਰੀਮ ਹਾਈ ਕੋਰਟ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਕਿ ਡਬਲ ਬੈਂਡ ਤੇ ਕਿੰਨੇ ਜੱਜਮੈਂਟ ਹਾਈ ਕੋਰਟ ਨੇ ਵਾਪਸ ਲਏ ਹਨ ਠੀਕ ਹੈ ਉਸ ਤੋਂ ਸਾਨੂੰ ਪਤਾ ਚੱਲ ਜੇਗਾ ਤੇ ਇਸ ਲਈ ਸਾਨੂੰ ਟੀਮ ਬਹੁਤ ਵੱਡੀ ਚਾਹੀਦੀ ਹੈ 2364 ਬਾਲ ਕਰਾਉਣ ਵਾਸਤੇ ਉਹ ਉਸ ਲਈ ਸਾਨੂੰ ਫੰਡ ਦੀ ਜ਼ਰੂਰਤ ਹੈ ਤੇ ਫੰਡ ਕਿੱਥੋਂ ਆਵੇਗਾ ਜੇ ਸਾਡੀ ਜੁਨੀਅਨ ਵਿੱਚ ਰੋਜ਼ਗਾਰ ਪ੍ਰਾਪਤ ਲੋਕ ਹੋਣਗੇ ਹੁਣ ਸਾਡੀ ਸਾਰੀ ਜੁਨੀਅਨ ਹੀ ਬੇਰੁਜ਼ਗਾਰ ਹੈ ਤੇ ਫੰਡ ਲੋਕ ਤੇ ਬੇਰੁਜ਼ਗਾਰੀ ਬਹੁਤ ਮਾੜੀ ਚੀਜ਼ ਆਦੇ ਸਮੇਂ ਵਿੱਚ ਤੇ ਬੇਰੁਜ਼ਗਾਰ ਹੈ ਤੇ ਉਹ ਫੰਡ ਕਿੱਥੋਂ ਦੇਵੇ ਜੇ 635 ਜੁਆਇਨ ਕਰਦੇ ਹਨ ਤਾਂ ਉਹ ਫੰਡ ਵੀ ਦੇ ਸਕਦੀ ਹੈ ਅਗਰ ਛਾਹਠ ਸੌ ਪੈਂਤੀ ਬੱਚੇ ਛੇ ਛੇ ਹਜ਼ਾਰ ਰੁਪਇਆ ਵੀ ਆਪਣੀ ਪਹਿਲੀ ਸੈਲਰੀ ਵਿੱਚ ਦਿੰਦੇ ਹਨ ਜੋ ਕੋਈ ਮਾੜੀ ਗੱਲ ਨਹੀਂ ਹੈ ਯੂਨੀਅਨ ਨੇ ਇੰਨਾ ਕੁਛ ਕਰਿਆ ਅਤੇ ਹਰ ਬੱਚਾ ਛੇ ਛੇ ਹਜ਼ਾਰ ਰੁਪਇਆ ਦੇਵੇਗਾ ਇਹ ਵੀ ਭਰੋਸਾ ਹੈ ਤਾਂ ਤਿੰਨ ਕਰੋੜ ਅਠਾਨਵੇਂ ਲੱਖ ਰੁਪਇਆ ਬਣਦਾ ਤਿੰਨ ਕਰੋੜ ਅਠਾਨਵੇਂ ਲੱਖ ਰੁਪਇਆ ਯੂਨੀਅਨ ਕੋਲ ਆ ਜਾਵੇਗਾ ਅਗਰ ਛਾਹਠ ਸੌ ਪੈਂਤੀ ਪੂਰੀ ਹੁੰਦੀ ਹੈ ਜਿਸ ਯੂਨੀਅਨ ਕੋਲ ਅੱਜ ਚਾਰ ਕਰੋੜ ਰੁਪਇਆ ਉਹਦੇ ਅਕਾਊਂਟ ਵਿੱਚ ਹੈ ਤਾਂ ਭਰਤੀ ਪੂਰੀ ਕਰਾਉਣ ਵਾਸਤੇ ਕੁਛ ਵੀ ਨਹੀਂ ਲੱਗਣਾ 2364 ਨੂੰ 6835 ਪੂਰੀ ਹੋਵੇਗੀ ਤਾਂ ਹੀ 2364 ਹੋਵੇਗੀ ਕਿਉਂਕਿ 2364 ਨੂੰ ਪੂਰੀ ਕਰਾਉਣ ਵਾਸਤੇ ਫੰਡ ਦੀ ਜ਼ਰੂਰਤ ਹੈ ਤੇ 6835 ਨੂੰ ਪੂਰੀ ਕਰਾਉਣ ਵਾਸਤੇ ਇੱਕ ਐਪਲੀਕੇਸ਼ਨ ਦੀ ਜ਼ਰੂਰਤ ਹੈ ਇਸ ਕਰਕੇ ਜੁਨੀਅਨ ਨੂੰ ਇਹ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਸਮਝਣਾ ਚਾਹੀਦਾ ਔਰ ਪਹਿਲੀ ਸੈਲਰੀ ਵਿੱਚੋਂ 6835 ਦੀ ਪਹਿਲੀ ਸੈਲਰੀ ਵਿੱਚੋਂ 6000 ਰੁਪਇਆ ਮੇਰੇ ਹਿਸਾਬ ਨਾਲ ਕੋਈ ਐਵੇਂ ਦਾ 6835 ਬੱਚਿਆਂ 'ਚ ਕੋਈ ਐਵੇਂ ਦਾ ਬੱਚਾ ਨਹੀਂ ਹੋਵੇਗਾ ਜੋ ਨਹੀਂ ਦਵੇਗਾ ਕਿਉਂਕਿ ਜੂਨੀਅਨ ਦੀ ਬਦੌਲਤੇ ਪੋਸਟ ਆਈਆਂ ਨੇ ਤੇ ਜੂਨੀਅਨ ਨੂੰ 6000 ਰੁਪਏ ਦੇਣ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ 6000 ਰੁਪਏ ਕਹਿ ਰਿਹਾ ਤੇ 4 ਕਰੋੜ ਰੁਪਏ ਬਣਦਾ ਜਿਸ ਨਾਲ 2364 ਚ ਬਹੁਤ ਜਲਦੀ ਸਮੇਂ ਵਿੱਚ ਪੂਰੀ ਹੋ ਸਕਦੀ ਹੈ ਤਾਂ ਅੱਧੀ ਵੀਡੀਓ ਵਿੱਚ ਬੱਸ ਇੰਨਾ ਹੀ ਕਿ ਸੀਐਮ ਜੂਨੀਅਨ ਜਲਦ ਤੋਂ ਜਲਦ ਲਗਾਵੇ ਇਹ ਮਹੀਨੇ ਵਿੱਚ ਜੁਆਇਨਿੰਗ ਕਰਵਾਵੇ ਤੇ ਜਿਸ ਨਾਲ 2364 ਤੇ 994 ਦਾ ਅੱਗੇ ਨੋਟੀਫਿਕੇਸ਼ਨ ਲਿਆ ਜਾ ਸਕਦਾ ਹੈ ਇੱਕ ਜੂਨੀਅਨ ਤਾਹੀਂ ਮਜ਼ਬੂਤ ਹੁੰਦੀ ਹੈ ਜੇ ਉਹਦੇ ਕੋਲ ਫੰਡ ਹੋਵੇਗਾ ਬਿਨਾਂ ਫੰਡ ਤੋਂ ਜੂਨੀਅਨ ਦਾ ਕੋਈ ਵजूद ਨਹੀਂ ਹੈ ਜੂਨੀਅਨ ਕੁਝ ਨਹੀਂ ਕਰ ਸਕਦੀ ਫੰਡ ਜ਼ਰੂਰੀ ਹੈ ਫੰਡ ਤਾਂ ਹੀ ਆਵੇਗਾ ਜੇ ਜੂਨੀਅਨ ਚ ਰੋਜ਼ਗਾਰ ਪ੍ਰਾਪਤ ਲੋਕ ਹੋਣਗੇ ਤਾਂ ਇਹ ਗੱਲਾਂ ਵਿਚਾਰਯੋਗ ਹਨ ਤੇ ਜੂਨੀਅਨ ਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਤੇ ਅ ਤੇ ਇਸ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਜੂਨੀਅਨ ਜੂਨੀਅਨ ਦੇ ਜੋ ਆਲਾ ਮੈਂਬਰ ਹਨ ਉਹਨਾਂ ਕੋਲ ਜਾਵੇ ਤੇ ਉਹ ਇਸ ਤੇ ਫੈਸਲਾ ਲੈਣ ਅੱਧੀ ਵੀਡੀਓ ਵਿੱਚ ਬਸ ਐਨਾਈ ਧੰਨਵਾਦ ਦੋਸਤੋ